ਹੈਗਾ ਵੀ ਆ ਕਿ ਉਹੀ ਹੈ ਫਿਰ ਤਾਂ ਹੁੰਦਾ ਮਿੱਤਰ ਖੜਾ ਹੋਏ ਇਹ ਕੰਜਰ ਦਾ ਉਹਦੀ ਸੌਂ ਜੂ ਪਰ ਟਾਈਮ ਵੀ ਬਈ 3:30 ਹੋਇਆ ਸੋਹਣਾ ਹੀ ਆ ਕੰਜਰ ਦੇ ਨੇ ਖੜਾ ਹੋਏ ਓ ਦੇਖ ਪਿਆ ਉਸਤਾਦ ਮੈਨੂੰ ਤੂੰ ਖਵਾਉਂਦਾ ਪਿਆਉਂਦਾ ਨੀ ਅੱਜ ਮੈਂ ਤੈਨੂੰ ਢਾਬੇ ਤੇ ਰੋਕਿਆ ਯਾਰ ਤੂੰ ਖਾਂਦਾ ਨੀ ਭਾਵੇਂ ਚਾਹ ਪੀ ਲਈ ਭਾਵੇਂ ਖਾ ਲਈ ਪਰੌਠੇ ਗੰਢੇ ਦੇ ਚਲਾਕੀ ਨਾ ਕਰ ਉਸਤਾਦ ਆਰਟੀਓ ਖੜਾ ਕਰਨਾ ਨਾ ਗੰਢੇ ਤੇ ਅਣੂ ਜਾਣਦਾ ਮੈਂ ਪੁੰਨਣੀ ਖਵਾਉਂਦਾ ਕੋਈ ਸਾਰਾ ਪਤਾ ਕੰਜਾ ਤੈਨੂੰ ਇਸ ਪਤਾ ਹੋਣਾ ਹੀ ਆ ਪਹਿਲਾਂ 7 ਲੱਖ ਦੇ ਚਲਾਉਣ 'ਚ ਤਾਂ ਉਹ ਮਾਂ ਤਾਂ ਵੱਡਾ ਡਰਾਈਵਰ ਵੱਡੀ ਗੱਡੀ ਗਈ ਨਾਲੇ ਮੇਰੀ ਸ਼ੋਹਰਤ ਗਈ ਮੈਂ ਹੁਣ ਆਪ ਵਿਚਾਲੜਾ ਮਾਂਜ ਕੇ ਹੱਟਿਆ 2 ਮਹੀਨੇ ਪਹਿਲੇ ਮੈਨੂੰ ਲਾਇਆ ਹੁਣ ਇਹਨੂੰ ਵੀ ਮਾਂਜੇਗਾ ਉਹ ਮਾਂਜਣ ਮਾਰਿਆ ਨੀ ਤਾਂ ਇੱਥੇ ਠੱਲੀ ਹੈ ਮੈਨੂੰ ਆਰਟੀਓ ਦੀ ਸਮਝ ਨਹੀਂ ਆਉਂਦੀ ਉਹ ਗੁਰੂ ਨਾਨਕ ਕੰਡੇ ਤੇ ਖੜ ਜਾਂਦਾ ਵੀ ਤੂੰ ਕੰਜੇ ਦੇ ਕੰਡੇ ਹੋਰ ਤੇ ਖੜ ਜਾ ਇਹ ਕੰਡੇ ਦਾ ਨਾਂ ਤਾਂ ਪੜ ਲਾ ਉਹਦੀ ਤਾਂ ਸ਼ਰਮ ਕਰ ਲਾ ਉਹ ਹੋਰ ਦਾ ਛੱਡ ਪਰੇ ਗੱਲ ਵੀ ਇੰਨੇ ਲੋਕਾਂ ਨੂੰ ਦੁਖੀ ਕਰਦਾ ਹੈ ਹੋਰ ਭਾਈ ਉਹੀ ਮਾਂਜੀ ਤੁਰਿਆ ਆਉਂਦਾ ਹੈਗਾ ਕਿੰਨੇ ਦਾ ਸੇਠ ਹੀ ਮਾਂਜ ਤੇ ਆ ਵੀ ਇਹਦੀ ਵੀ ਹਾਈਟ ਜੀ ਦੇਖੋ ਤਾਂ ਹੀ ਕੱਢੀ ਹੈ ਤਾਂ ਹੀ ਖੜਾ ਇੱਥੇ ਹਾਂ ਬਈ ਸ਼ੁਕਰ ਜੇ ਖੜ ਜਾਏਗਾ ਨੀ ਤੇ ਵੀ ਉੱਡਿਆ ਲੈ ਹਾਂ ਕੈਂਚੀ ਪਾ ਲੂ ਉਹ ਤਾਂ ਹੱਥ ਛੱਡ ਮੈਂ ਪੁੱਠੀ ਨਾਲ ਦੇ ਹੱਥ ਛੱਡ ਵੀ ਮਾਰਦਾ ਉਹ ਤਾਂ ਉਹਨੇ ਦੀ ਗੱਡੀ ਨੀ ਜਿੰਨੇ ਦਾ ਚਲਾਨ ਕੱਟਣਾ ਸੀ ਕਰਦੇ ਮੈਂ ਕਮਾਲ ਮੰਨ ਗਿਆ ਬੰਦਾ ਕਿ ਭੂਤ ਹੈ ਯਾਰ ਜਿੱਥੇ ਫੋਨ ਕਰਕੇ ਜਿਹੜੇ ਗਰੁੱਪ 'ਚ ਵਰਗੇ ਬਈ ਫਲਾਨੇ ਥਾਂ 'ਤੇ ਖੜਾ ਉੱਥੇ ਮਾਂ ਦਾ ਪੁੱਤ ਡੱਬ ਵਾਲੀ ਨੀ ਲੰਘਣ ਦਿੰਦਾ ਡੱਬ ਵਾਲੀ ਦਾ ਇੰਨੇ ਕੁ ਥਾਂ 'ਚ ਹੀ ਮਾਰਦਾ ਪੁੱਛ ਕੇ ਕੈਂਚੀ ਨਾ ਜਿਹੜਾ 50 ਵਾਲੀ ਚੀਜ਼ ਆ ਜਿਹਦੇ ਨੇ ਉੱਥੇ ਜੱਫਾ ਲੱਗ ਗਿਆ ਥੋੜ੍ਹੇ ਜਿਹੇ ਥਾਂ 'ਚ ਆਪਣਾ ਹਰਿਆਣੇ ਵਾਲੇ ਹੈਂ ਚਾਹ ਪੀਓਗੇ ਰੋਟੀ ਖਾਓਗੇ ਜੀ ਅੱਜ ਤਾਂ ਬਚ ਗਏ ਗਰੁੱਪ ਜਾ ਦੇਖ ਲਿਆ ਨੈਟ ਜਾ ਤੂੰ ਕੰਜੇ ਦਾ ਵਧਗਾ ਚਾਰਜ ਫੋਨ ਲਾ ਦਿਆ ਕਰ ਤੈਨੂੰ ਮੈਂ ਤਾਂ ਆਉਣਾ ਹੁਣ ਅੱਜ ਇਹ ਬੰਦ ਹੁੰਦਾ ਮਾਂਜੇ ਗਏ ਸੀ ਫੇਰ ਨਿਕਲ ਗਏ ਸੀ ਮੈਂ ਤੂੰ ਤਾਂ ਕੀ ਮਾਂਜੇ ਗਏ ਆਟੋ ਲੈਣਾ ਪੈਣਾ ਸੀ ਉਹਦਾ ਡਰਾਈਵਰ ਰਹਿਣਾ ਸੀ ਹਾਂ ਮੈਂ ਉਹੀ ਤਾਂ ਆਖੀ ਨਾ ਤੂੰ ਤਾਂ ਕੀ ਮਾਂਜਾ ਇਹਨਾਂ ਰਿਸ਼ਤਾ ਤੂੰ ਤਾਂ ਸਨ ਵਿਚਾਲ ਦਾ ਵਿਚੋਲਾ ਹੀ ਹੈਗਾ ਮਾਂਜਾ ਤਾਂ ਸੇਠ ਜਾਣਾ ਜਿਹਦੀ ਗੱਡੀ ਹੈ ਤੈਨੂੰ ਕੀ ਸੀਗਾ ਤੜਕੇ ਪੀ ਕੇ ਚਾਹ ਚਾਹ ਢਾਬੇ ਤੋਂ ਬੱਸ ਚੜ ਜਾਂਦੇ ਨਾ ਉਸਤਾਦ ਆਪਾਂ ਨੂੰ ਗੱਡੀ ਤਾਂ ਠਾਲਣੀ ਵੀ ਖੜੀ ਗੱਡੀ ਦਾ ਆਰਟੀਓ ਚਲਾਨ ਨਹੀਂ ਕਰਦਾ ਨਾ ਚਿਹਰਾ ਇਹ ਵੀ ਗੱਲ ਨਹੀਂ ਰਹੀ ਹੁਣ ਕਿਉਂ ਖੜੀ ਗੱਡੀ ਦਾ ਚਲਾਨ ਤਾਂ ਕੱਟ ਨਹੀਂ ਸਕਦਾ ਇੱਕ ਦਿਨ ਆਰਟੀਓ ਆ ਗਿਆ ਸਾਹਮਣੇ ਹਾਂ ਲਿਆ ਛਿਰਾ ਲਿਆ ਲੱਜਾ ਪੀ ਕੇ ਸੁਣਾ ਦੀ ਵੀ ਆਰਟੀਓ ਸਾਹਮਣੇ ਆਉਂਦਾ ਕਿ ਮਗਰੋਂ ਆਉਂਦਾ ਇਹ ਤਾਂ ਚਾਰੇ ਪਾਸੋਂ ਲਾਉਂਦਾ ਜੱਫੇ ਪੈਰੀ ਬਹੁਤ ਭੈੜਾ ਓਏ ਆ ਦੋ ਗੱਲਾਂ ਜੁੜ ਗਈਆਂ ਫਿਰ ਤੇਰੀਆਂ ਇੱਕ ਦਿਨ ਨਾ ਆਰਟੀਓ ਜਦੋਂ ਸਾਹਮਣੇ ਦੇਖ ਗਿਆ ਮੈਂ ਗੱਡੀ ਰੋਕ ਲਈ ਵੀ ਹੁਣ ਤਾਂ ਨੀ ਚਲਾਨ ਕੱਟ ਸਕਦਾ ਖੜਾ ਰਿਹਾ ਉਹ ਵੀ ਮੈਂ ਵੀ ਖੜਾ ਰਿਹਾ ਵੀ ਉਹਨੂੰ ਆਏ ਸੀ ਤੋਰੂ ਉਦੋਂ ਕੱਟੂ ਹਾਂ ਫਿਰ ਗਿਆ 4 ਘੰਟਿਆਂ ਮੈਂ ਜਾਵੜਿਆ ਹੋਊਗਾ ਨਾ ਨਾ 3 ਦਿਨ ਉਹ ਪਿਆ ਰਿਹਾ 3 ਦਿਨ ਮੈਂ ਪਿਆ ਰਿਹਾ ਗੱਡੀ 'ਚ ਤੀਜੇ ਦਿਨ 500 ਦਿੱਤਾ ਫੇਰ ਗਿਆ ਅੱਛਾ ਕੇ ਵੀ ਤੂੰ ਪਹਿਲਾਂ ਕੋਲੇ ਆ ਕੇ ਮੰਗਲਾ ਵੀ ਤਾਂ ਕਹਿੰਦਾ ਡਰ ਸਾਡਾ ਤਾਂ ਬਾਹਲਾ ਵੀ ਊਣਾ ਮਾਂਜਦੇ ਉਹ ਮੈਂ ਵੀ ਜਦ ਫੜ ਗਿਆ ਸੀ ਹੁਣ 1 ਦਿਨ ਲੈ ਇੱਥੇ ਆਇਆ ਕਿੱਥੇ ਆਹੀ ਢਾਬੇ ਤੇ ਅੱਛਾ ਪੂਰਾ ਛੋਟੀ ਗੱਡੀ ਤੇ ਜਦੋਂ ਮੈਂ ਨਵਾਂ ਮੈਂ ਕਿਹਾ ਚਿਹਰਾ ਜਾਇਆ ਕਰ ਤੂੰ 2 ਦਿਨ ਆਇਆ ਨੀ ਮੈਂ ਆਉਣ ਲੱਗਣਾ ਉਦੋਂ ਅੱਛਾ ਕੀ ਗੱਲ ਬਣੀ ਕਹਿੰਦੇ ਇੱਧਰੋਂ ਵੀ ਆਰਟੀਓ ਖੜਾ
ਇੱਧਰ ਵੀ ਆਟਿਓ ਖੜਾ, ਇੱਧਰ ਕਾਲਿਆਂ ਵਾਲੀ ਸਾਈਡ ਵੀ ਖੜਾ, ਇੱਧਰ ਡਾਬਲੀ ਵਾਲਾ ਘੇਰ ਲੈਂਦਾ। ਕੋਈ ਭਾਰਤ ਮਾਲਾ ਤੇ ਕਿਹੜਾ ਦੂਜੂਆ ਹੁਣ ਕੰਮ, ਇੱਥੇ ਦੋ ਦਿਨ ਬੈਠਾ ਰਿਹਾ, ਫਿਰ ਕਿਤੇ ਆਟਿਓ ਉਟਿਓ ਨੇ ਖਬਰ ਪਈ ਵੀ ਨਹੀਂ ਨਹੀਂ ਸਹੀ ਆ, ਫਿਰ ਨਿਕਲਿਆ। ਓਹੋ ਬੜਾ ਭੈੜਾ ਜਿਹਾ ਫੀਲ ਆਉਂਦਾ ਹਨਾ। ਪਹਿਲਾਂ ਦਾ ਕਿਹੜਾ ਸੀ, ਪਹਿਲਾਂ ਦਾ ਕੀ ਨਾਂ ਸੀ? ਪਤਾ ਨੀ ਯਾਰ ਨਾਂ ਦਾ ਕਿਹੜਾ, ਨਹੀਂ ਬੜਾ ਭੈੜਾ ਸੀ ਉਹਦਾ। ਆ ਬੋਧੂ ਵੀ ਭੈੜਾ ਨਿਕਲਿਆ ਕਮਲਾ, ਉਹ ਵੀ ਮਾਂਜੀ ਤੁਰਿਆ ਆਉਂਦਾ ਯਾਰ। ਓਏ ਫੋਨ ਬਦਗਾ, ਚਾਰਜ ਚੂਰਜ ਲਾ ਦਿਆ ਕਰ, ਮੇਰਾ ਛੇਰ ਨਹੀਂ ਐਵੇਂ ਨਾ ਕਿਤੇ ਤੂੰ ਰਾੜਾ ਨਾ ਲਵਾ ਦੀ। ਮੈਂ ਤੈਨੂੰ ਦੱਸਦਾ ਮੈਂ ਖੁੱਲੂ ਬਹੁਤ ਬੜਾ, ਤੂੰ ਅੱਗੇ ਤੇਰੀ ਵਜ੍ਹਾ ਨਾਲ ਹੋਇਆ ਸੀ। ਮੈਂ ਤੇਰੇ ਨਾਲ ਕੋਈ ਗੱਲ ਕਰਕੇ ਸੌਂ ਜਾਂਦਾ, ਤੇਰੀ ਜ਼ਿੰਮੇਵਾਰੀ ਨਹੀਂ ਬਣਦੀ ਸੀ। ਉਹ ਮੇਰੀ ਗੱਲ ਸਸਤਾ, ਜੇ ਗੱਡੀ ਛੋਟੀ ਤਾਂ ਰੋਬ ਵੀ ਛੋਟਾ ਮਾਰ। ਹੁਣ ਮੈਂ ਤੈਨੂੰ ਦੱਸਾਂ ਤੇਰੇ ਨਾਲ ਗੱਲ, ਮੈਂ ਨਾ ਸਮਝੀ, ਮੈਂ ਤੂੰ ਤਨਖਾਹ ਦੇ ਮੂੰਹ ਨੂੰ ਫਿਰਦਾ, ਤੂੰ ਮੈਨੂੰ ਕਿਹੜਾ ਛੱਲੜ ਦਿੰਦਾ ਯਾਰ। ਮੈਂ ਤੇਰੇ ਨਾਲ ਹੀ ਫਿਰਦਾ ਵੀ ਵਿਚਾਰੇ ਤੇ ਮਾੜੇ ਦਿਨ ਚੱਲੀ ਜਾਂਦੇ ਆ ਸੇਠ ਤੇ। ਹਾਂ ਠੀਕ ਹੈ, ਹਾਂ ਤੇਰੇ ਤੇ ਨੀ ਸੇਠ ਤੇ ਮਾੜੇ ਦਿਨ ਚੱਲੀ ਜਾਂਦੇ ਵੀ ਰੱਬ ਨੂੰ ਬਰਕਤ ਪਾਵੇ, ਫਿਰ ਕੋਈ ਦਾ ਕੁਛ ਬਣੇ ਮੇਰਾ ਕੁਛ ਬਣੇ। ਮੈਂ ਤਾਂ ਤੇਰੇ ਸ਼ਰਮ ਨੂੰ ਹੀ ਤੇਰਾ ਫਿਰਦਾ ਯਾਰ। ਤੂੰ ਸਿੱਧਾ ਡਾਇਰੈਕਟਲੀ ਮੰਨ ਵੀ ਮੇਰੇ ਤੇਰੇ ਨਾਲ ਮੋਹ ਪ੍ਰੇਮ। ਤੂੰ ਤਾਂ ਵਿਚੋਲਾ ਹੈ, ਤੂੰ ਵਿਚੋਲਾ ਹੈ ਸੇਠ ਨਾਲ ਗੱਲ ਬਾਤ ਤਾਂ, ਮੈਂ ਤਾਂ ਉਹਦੇ ਮੋਢੀ ਚੜਨ ਨੂੰ ਫਿਰਦਾ। ਕਰਾਵਾਂਗੇ ਤਰੱਕੀ, ਉਹ ਗੱਲ ਕੀ ਕਰੀਏ ਤਰੱਕੀ ਕੀ, ਜਿੱਦੇ ਤਾਂ ਮੈਂ ਤੇਰੇ ਨਾਲ ਆਖਣੀ, ਤੂੰ ਮਾੜਾ ਖਣੀ ਮੈਂ ਮਾੜਾ, ਮੈਨੂੰ ਐ ਨੀ ਪਤਾ ਲੱਗਦਾ। ਆਪਾਂ ਨੀ, ਤੂੰ ਸੇਠ ਨੂੰ ਟੋਪੀ ਤੁਰਾਉਣਾ, ਉਹਨੂੰ ਮੈਨੂੰ ਨਾ ਜਿੱਦਣ ਸੇਠ ਆਪਣਾ ਕਿਸੇ ਦੀ ਗੱਡੀ ਚਲਾਉਣ ਲੱਗ ਜੇ। ਪੁੱਤ ਆਪਾਂ ਨੀ, ਦੇਖ ਮੇਰਾ ਛੇਰ ਤੇਰੇ ਸਾਹਮਣੇ ਹੈ, ਇੱਧਰ ਲੰਘ ਗਏ ਉੱਧਰ ਲੰਘ ਗਏ, ਰੋਟੀ ਵੀ ਨਹੀਂ ਖਾਂਦੇ ਤੇ ਹੁਣ ਗਾਂ ਤੋਂ ਮਾਲ ਨਹੀਂ ਆਉਂਦਾ। ਜਦੋਂ ਮਹਿੰਗਾਈ ਹੋ ਗਈ ਕਿਸੇ ਪਾਸੇ ਨਹੀਂ ਆਉਂਦਾ। ਹੁਣ ਜੇ ਇਹਦੇ 'ਚ ਓਨਾ ਜਿੰਨਾ ਮਾਲ ਇਹਦੇ 'ਚ ਅਲਾਊਡ ਕਰਦੇ ਆ ਓਨਾ ਪਾਲ ਕੇ ਤੇ ਫਿਰ ਬਚਦਾ ਨਹੀਂ। ਗਾਂ ਵਾਲੇ ਨੂੰ ਬੜਾ ਮਹਿੰਗਾ ਪੈਂਦਾ, ਉਹ ਗਾਂ ਵਾਲੇ ਨੂੰ ਮਹਿੰਗਾ ਪਊ, ਲੋਕਾਂ ਨੂੰ ਮਹਿੰਗਾ ਦੇਊਗਾ, ਉਹ ਖਰੀਦਦੇ ਨਹੀਂ, ਲੋਕਾਂ ਦੀ ਮਜ਼ਬੂਰੀ ਖਰੀਦਣਾ ਪਊ। ਸਾਰੇ ਪਾਸੇ ਗੇਮ ਪੁੱਤ ਐਂ ਆ ਜਾਂਦੀ ਆ। ਇਹ ਤੂੰ ਮੈਂ ਹੁਣ ਮਾਲਕ ਨੂੰ ਕਹਿਣਾ ਹੁੰਦਾ ਵੀ ਤੁਹਾਡੇ ਵੇਲਿਆਂ 'ਚ ਵੀ ਜੋ ਤੇਰੇ 'ਤੇ ਸੀਗੀ ਉਸਤਾਦ ਜਵਾਨੀ, ਉਦੋਂ ਬਈ ਕਿਹੋ ਜਿਹਾ ਟਾਈਮ ਸੀਗਾ, ਕੀ ਕਿੰਨੀ ਰਿਸ਼ਵਤ ਰੁਸ਼ਵਤ ਸੀਗੀ? ਉਹ ਤੰਗ ਨਹੀਂ ਹੁੰਦਾ, ਇੰਨਾ ਤੰਗ ਨਹੀਂ ਸੀ ਪੁੱਤ ਜਿੰਨਾ ਹੁਣ। ਤੰਗੀ ਤਾਂ ਮੈਨੂੰ ਪਤਾ ਸ਼ੁਰੂ ਦੀ ਚੀਜ਼ ਹੈ, ਅੱਜ ਦੀ ਮਨੁੱਖ ਦੀ ਬਣਾਈ ਹੋਈ ਚੀਜ਼ ਨਹੀਂ, ਤੰਗੀ ਤਾਂ ਪਹਿਲਾਂ ਤੋਂ ਹੀ ਮਿਲੀ ਹੋਈ ਹੈ। ਤੂੰ ਮੈਨੂੰ ਐਂ ਦੱਸ ਵੀ ਉਹ ਤੰਗੀ ਤੇਰੇ ਵੇਲੇ ਕਿੰਨੀ ਕੁ ਸੀ? ਤੰਗੀ ਮੇਰੇ ਵੇਲੇ, ਮੇਰਾ ਵੇਲਾ ਚੱਲੀ ਜਾਂਦਾ, ਮੇਰਾ ਵੇਲਾ ਮੈਂ ਮਰ ਗਿਆ, ਸਵਰਗ ਵਾਸੀ ਹੋ ਗਿਆ। ਨਹੀਂ ਜਵਾਨੀ ਵੇਲੇ ਤੂੰ ਆਏ ਬੋਲ ਗੱਲ, ਜਵਾਨੀ ਵੇਲੇ ਉਹ ਦੱਸ ਦੇ, ਜਵਾਨੀ ਵੇਲੇ ਜਰਦੇ ਨੇ ਹੋਰ ਹੀ ਕਿਤੇ ਲਕੋਤਾ। ਤੂੰ ਵੀ ਉਸਤਾਦ ਨਾ, ਚਾਰ ਵੱਜਣ ਵਾਲੇ ਹੱਲ ਹੈ। ਨਹੀਂ 5 ਵਜੇ ਜਾਊਗਾ, ਪੈ ਜਾ ਘੰਟਾ ਹੋਰ। ਉਹ ਮੈਂ ਕੋਈ ਗੱਡੀ ਚੋਂ ਲੱਭਦਾ ਸੀਗਾ। ਨਹੀਂ ਨਹੀਂ ਕਾਹਨੂੰ, ਮੈਂ ਤੈਨੂੰ ਜਾਣਦਾ ਨਾ, ਤੇਰੇ ਅੱਜ ਵੀ ਹੁੰਦੀ ਹੈ ਵੀ ਹੁਣ ਚਾਹ ਤਾਂ ਪੀ ਲਈ, ਉੱਠਣਾ ਚੱਲ ਗਿਆ, ਇੰਨੀ ਛੇਤੀ ਨਹੀਂ ਜਾਂਦਾ ਉਹ ਯਾਰ। ਇੱਦਾਂ ਨਾ ਹੁਣ ਮੇਰੀ ਸੁਣ ਗੱਲ, ਆਪਾਂ ਤਾਂ ਕਸੂਤੇ ਫਸੇ ਹਾਂ। ਪਹਿਲਾਂ ਵਾਲਾ ਆਪਾਂ ਨੁਕਸਾਨ ਕਰਾਇਆ ਸੀ, ਡਰਾਈਵਰ ਨੂੰ ਕਿਹਾ ਸੇਠ ਨੂੰ ਵੀ ਇੰਨਾ ਮਾਲ ਨਾ ਪਾ, ਨਾ ਮਾਲ ਪਾ ਜਾਂ ਤਾਂ ਬਿੱਲ ਦੇ ਦੇ, ਮਾਰ ਕੇ ਬੈਟਰੀ ਟਰ ਟਰ ਸੱਟ ਲਿਆ ਆਪਾਂ ਨੂੰ। ਉਹ ਤਾਂ ਨਾ ਮਾਂ ਦਾ ਪੁੱਤ ਇਹੋ ਜਿਹਾ ਬੰਦਾ ਵੀ ਯਾਰ ਹੈ, ਕਈ ਵਾਰੀ ਤਾਂ ਕੰਜੇ ਦਾ ਐਂ ਕਰਦਾ, ਮੈਂ ਵੇਖਿਆ ਛੜਿਆ, ਮੈਂ ਤਰਪਾਲ ਲਵਾ ਕੇ ਦੇਂਦਾ ਵੀ ਖਸਮ ਕਿਉਂ ਪਟਾਈ ਜਾਂਦਾ। ਹੁਣ ਤਾਂ ਯਕੀਨ ਤਾਂ ਕਰ ਲਾ, ਯਕੀਨ ਪੁੱਤ ਨਹੀਂ ਹੁੰਦਾ ਓਏ, ਯਕੀਨ ਤਾਂ ਭਾਈ ਹੁਣ ਪੈ। ਮੇਰੀ ਆਪਾਂ ਤਾਂ ਫਸੇ ਹਾਂ, ਆਪਾਂ ਤਾਂ ਕਹਿੰਦੇ ਮਿੰਟਾਂ ਤਰਲਾ ਕਰ ਸਕਦੇ। ਮੈਂ ਸੇਠ ਨੂੰ ਕਿਹਾ ਜੀ ਮੈਂ ਐਂ ਚਲਾਨ ਨਹੀਂ, ਫੋਕੇ ਪੈਰੀ ਕੱਟਣਾ, ਪਰਨਾ ਤਾਂ ਪਰਨਾ ਗਿਆ ਤਾਂ ਥੱਲੇ। ਇਹ ਨਾ ਤੈਨੂੰ ਨਾ ਬਾਹਲੇ ਯਾਰੀ ਸਮਝਾਇਆ ਵੀ
ਤੈਨੂੰ ਨਾਲੇ ਮੈਂ 50 ਲੈ ਕੇ ਦੇਤੇ ਵੀ ਆਹ ਚੀਜ਼ ਐਂ ਕਿਉਂ ਨਹੀਂ ਹੁੰਦੀ, ਇਹ ਚੀਜ਼ ਜ਼ਰੂਰੀ ਹੈ, ਇਹਦੇ ਨਾਲ ਐਨਰਜੀ ਮਿਲਦੀ ਆ ਐਂ ਉਈ। ਤੂੰ ਆਪ ਕਿਸੇ ਦਾ ਚੱਕ ਕੇ ਲਿਆ, ਇਸ ਤਰ੍ਹਾਂ ਤੇਰੇ ਪਿਛਲੇ ਮਹੀਨੇ ਦਾ ਪੱਟ ਹੈ, ਤੂੰ ਤਾਂ ਨਵਾਂ ਲਈ ਪਈ ਨਹੀਂ। ਚੱਕਣਾ ਵੀ ਇੱਕ ਜ਼ਰੂਰੀ ਹੈ, ਕਲਾ ਸਿੱਖੋ ਨਾ ਜਦੋਂ ਆਪਦਾ ਕਮਾ ਚ, ਦੇਖ ਆਪਾਂ ਮਹੀਨੇ ਤੋਂ 2 ਮਹੀਨੇ ਤੋਂ ਲੈਣਾ, ਜੇ ਉਦੋਂ ਪਹਿਲਾਂ 5 ਦਿਨ ਵੀ ਕਮਾ ਚ ਗਿਆ ਆਪਾਂ ਕਿਸੇ ਦਾ ਚੱਕ ਲੈਣਾ ਬਈ, ਆਪਾਂ ਤਾਂ ਲਿਆ ਹੋਇਆ ਸੀ ਨਾ। ਨਹੀਂ ਸਰ ਠੀਕ ਹੈ ਫਿਰ, ਤੂੰ ਮੈਂ ਨਹੀਂ ਸੌਂਦਾ ਓਏ, ਮੈਂ ਤੇਰੇ ਪਿੱਛੇ ਲੱਗ ਕੇ ਸੌ ਜੂਆ ਤੇ ਤੜਕੇ ਮਾਲਕ ਗਾਲਾਂ ਦੇ ਜਿਹਦਾ ਸਮਾਨ ਪਹੁੰਚਾਉਣਾ ਓਏ, ਕਿਉਂ ਸੌਣਾ ਨਖੇ ਬੈਠਾ ਹੋ ਜਾ ਮੇਰੇ ਸਾਹਮਣੇ, ਨੀਂਦ ਆਉਂਦੀ ਹੈ ਫਿਰ ਉਹਦੇ ਗੱਡੀ 'ਚ ਵੀ ਸੁੱਤਾ ਆਇਆ ਮਾੜਾ ਮੋਟਾ, ਤਾਂ ਫਿਰ ਨੀਂਦਰਾ ਫੇਰ ਹੀ ਕੱਢਿਆ ਕਰੇਗਾ। ਲੈ ਭਾਈ ਨੀਂਦਰੇ ਨੇ ਪਕਾ ਤੇ ਹੁਣ ਦੱਸਦਾ ਤੂੰ, ਹੁਣ ਤਾਂ ਇਹਦੀ ਮਾੜੀ ਮੋਟੀ ਨੀਂਦ ਵੀ ਲੈਂਦਾ ਸੀ ਉਹ ਵੀ ਛੜਾ ਰੱਖਿਆ, ਅੱਜ 22 ਘੰਟਿਆਂ ਦਾ ਕੱਟ ਲਾਈ ਬੈਠਾ। ਨਹੀਂ ਕੱਟ ਡਬਲ ਕੱਟ ਅੱਜ, ਹਾਂ ਚੱਲ ਡਬਲ ਕੱਟ ਸਹੀ, ਹਾਂ ਡਬਲ ਕੱਟ ਪੁੱਤ ਕਦੇ ਕਦੇ ਆਉਂਦਾ ਹੁੰਦਾ, ਹਾਂ ਰੋਜ਼ ਆਉਂਦਾ, ਨਹੀਂ ਮੇਰੇ ਤੇ ਤਾਂ ਰੋਜ਼ ਹੀ ਆਈ ਜਾਂਦਾ ਡਬਲ ਕੱਟ 'ਚ ਹੀ ਫਿਰਦਾ ਕਈ ਦਿਨਾਂ ਦੀ। ਮੈਂ ਤਾਂ ਕੋਈ ਨਹੀਂ, ਕੱਲ੍ਹ ਨੂੰ ਆਪਾਂ ਘਰੇ ਹੀ ਆਵਾਂਗੇ, ਕੱਲ੍ਹ ਨੂੰ ਘਰੇ ਬਦਗਾ ਨਹਾਵਾਂਗੇ ਧੋਵਾਂਗੇ, ਨਾਲੇ ਤੈਨੂੰ ਮੈਂ ਪਿਆਉਂ ਕੀ ਬਦਗਾ ਐਂ ਬੱਤਾ ਐਂ ਘੈਂਟ ਪੂਰਾ, ਆ ਜਿਹੜਾ ਨਵਾਂ ਚੱਲਿਆ ਉਹ ਕਿਹੜਾ। ਮੇਰੀ ਤਾਂ ਗੱਲ ਹੈ ਨੀਂਦਰੇ ਨਾਲ ਮੇਰੀ ਆਵਾਜ਼ ਬਹਿ ਗਈ ਅੱਧੇ ਪਿੰਡ ਨੂੰ, ਤੇ ਜਿਹੜਾ ਮੈਨੂੰ ਲੱਗਦਾ ਵਿਚਾਰੇ ਦਾਰੂ ਢਾਬਿਆਂ ਟੱਕਰਦੇ ਹੋਣਗੇ, ਕਹਿੰਦੇ ਜੀ ਤਾਂ ਭੁੱਕੀ ਨਾਲ ਆਵਾਜ਼ ਬੈਠੇ, ਕੀ ਦੱਸਾਂ ਵੀ ਇੰਨਾ ਕਿ ਮੈਨੂੰ ਰੋਟੀ ਤਾਂ ਖਵਾ ਨਹੀਂ ਸਕਦਾ, ਵੀ ਯਾਰ ਵੀ ਉਸਤਾਦ ਹੈ ਚੱਲ ਭੁੱਕੀ ਕਿੱਥੋਂ ਖਵਾ ਦੂਗੀ। ਨਹੀਂ ਗੱਲ ਕਰੇ ਦਾਰੂ ਪਰ ਗਲਤ ਬੈਲਾਂ ਤੇ ਨਹੀਂ ਨਾ ਲਾਉਣਾ, ਬੈਲਾਂ ਤੇ ਤੂੰ ਬੈਲਾਂ ਤੇ ਮੈਨੂੰ ਕਿੱਡਾ ਕੁ ਬੈਲ ਕਰਾ ਸਕਦਾ, ਰੋਟੀ ਦਾ ਬੈਲ ਵੀ ਛਡਾ ਤਾ, ਭੁੱਖੇ ਮਰਨ ਲਾ ਦੇਗਾ ਹੌਲੀ ਹੌਲੀ। ਫਿਰ ਮੈਂ ਨਾ ਇੱਕ ਨੈੱਟ ਤੋਂ ਏ ਮੈਂ ਯੂਟਿਊਬ ਤੇ ਦੇਖਿਆ ਡੰਗਾ, ਉਹ ਤੇ ਕਹਿੰਦੇ ਡਾਇਟ ਵੀ ਮਤਲਬ ਜਿਹੜਾ ਖਾਣਾ ਪੀਣਾ ਜਾਂ ਛੱਡ ਜੇ ਉਹਨੂੰ ਕਹਿ ਦੋ ਵੀ ਡਾਇਟ ਤੇ ਲੱਗਿਆ ਜੀ ਮੈਂ, ਮਤਲਬ ਐਂ ਲੱਗਿਆ ਵੀ ਮੈਂ ਚਾਟ ਤੇ ਲੱਗਿਆ ਹੁੰਦਾ, ਤੈਨੂੰ ਐਂ ਜੇ ਲੱਗੂਗਾ ਕਿਰਾਂ ਤਾਂ ਵੀ ਮੈਂ ਚਾਟ ਤੇ ਲੱਗਿਆ ਜੀ। ਕਿੰਨੀ ਕੁ ਮਹਿੰਗੀ ਹੈ ਉਹ ਚਾਟ ਤੇ ਨੀ ਲੱਗਣਾ, ਡਾਇਟ ਡਾਇਟ ਕਹਿਣਾ ਵੀ ਮੈਂ ਡਾਇਟ ਤੇ, ਆਪੇ ਲੋਕ ਉਹ ਆਪੇ ਲੋਕ ਸਮਝ ਜਾ ਕਰਨਗੇ ਵੀ ਬੰਦਾ ਸਰੀਰ ਦੀ ਦੇਖ ਸੰਭਾਲ ਅੱਜ ਕੱਲ ਮਹਿੰਗਾਈ ਦੇ ਹਿਸਾਬ ਨਾਲ ਵੀ ਘੱਟ ਖਾਣਾ ਚਾਹੀਦਾ। ਅੱਛਾ ਹਾਂ ਇਹ ਹਿਸਾਬ ਕਿਤਾਬ ਹੈ ਲੋਕਾਂ ਨੇ, ਇਹਦਾ ਫਾਰਮੂਲਾ ਬਣਾ ਲਿਆ ਡਾਇਟ, ਨਾ ਕਹਿ ਉਹਦਾ ਡਾਇਟ ਡਾਇਟ ਕਰੀਏ, ਪਰ ਮੈਂ ਤਾਂ ਸੁਣਿਆ ਨਹੀਂ ਅਧੂਰੀ ਜਾਣਕਾਰੀ ਤੇਰੀ, ਤੈਨੂੰ ਜਿੰਨੀਆਂ ਜਾਣਕਾਰੀਆਂ ਹੋਰ ਮੈਂ ਤੈਨੂੰ ਕਿੱਧਰੋਂ ਆ, ਤੈਨੂੰ ਇਤਿਹਾਸ ਪੜ੍ਹ ਪੜ੍ਹ ਸੁਣਾਈ ਚੱਲਾਂ, ਮੈਂ ਆਹ ਗੇੜੇ ਵੀ ਲਾਉਣੇ ਆ ਗੇੜੇ ਦਾ, ਤੇਰੇ ਕੋਲ ਖੋਲ ਨਾ ਤੇਰੇ ਕੋਲ ਮਾਣ ਕੋਸ਼ ਮੈਂ ਗੱਡੀ ਝੂਠ ਮਾਰਦਾ ਕੀੜਾ ਕੱਪੜਾ ਦਾ, ਤੂੰ ਕਲਿੰਡਰ ਨਹੀਂ ਮਾਰਨਾ, ਮੋਹ ਤਾਂ ਮੇਰਾ ਸੀ ਉਸਤਾਦ, ਮੈਂ ਕਾਹਦੀ ਗੱਡੀ, ਉਹ ਤਾਂ ਫਿਰ ਯਾਰ ਮੈਂ ਜਦੋਂ ਮਾਲਕ ਹੋ ਗਿਆ ਉਹ ਤਾਂ ਫਿਰ ਦੇਖ ਮੈਂ ਵੱਡਾ ਬੰਦਾ, ਮੈਂ ਤੇਰਾ ਚੇਲਾ ਉਸਤਾਦ 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 ਆ ਦੇਖ ਮੈਨੂੰ ਵੀ ਟੂਲੇ ਆ ਰਹੇ ਆ ਪਰ ਮੱਝ ਬੁਰੀ ਹੈ, ਮੱਝ ਬੁਰੀ ਕਾਲੀ ਨਹੀਂ ਮੱਝ ਬੁਰੀ, ਹਾਂ ਉਸਤਾਦ ਬੁਰੀ ਹੈ ਮੱਝ, ਹੈ ਜੇ ਮਜਬੂਰੀ ਨਾ ਹੋਵੇ ਤਾਂ ਆਪਾਂ ਲੰਘਣਾ ਹੀ ਅੱਗੇ ਭੋਰਿੰਗ ਜੇ 68 ਫਿਰ ਰਾਤ ਨੂੰ ਨਹੀਂ ਦੇਖਦੀ ਬੱਤੀ,
ਕਿਹੜੀ ਆ ਤੂੰ ਬੱਤੀਆਂ ਬੁਝੀਆਂ ਹੁੰਦੀਆਂ ਪੁੱਤ ਹੋਰ ਆਪਾਂ ਇੰਨਾ ਰਿਸਕ ਰਿਚਕ ਨਹੀਂ ਲੈਣਾ ਨਾ ਪੂਰਾ ਨਹੀਂ ਇੰਡੀਕੇਟਰ ਕੁੜਚਕ ਦੇ ਦੇ ਮੈਨੂੰ ਪਤਾ ਤੇ ਰਸਤਾ ਤੂੰ ਇੰਨੀਆਂ ਚੀਜ਼ਾਂ ਜਿਹੜੀਆਂ ਤੈਨੂੰ ਮੈਂ ਸਿਖਾਈ ਜਾਂਦਾ ਨਾ ਪਰ ਤੂੰ ਨਾ ਦੇਖੋ ਗੱਲ ਇਹ ਹੁੰਦੀ ਹੈ ਪੁੱਤ ਚੰਗੀਆਂ ਚੀਜ਼ਾਂ ਸਿੱਖੋ ਤੇਰਾ ਫੋਨ ਤੂੰ ਬਹਿਬ ਤਾਂ ਵੀ ਸਿੱਖ ਰਿਹਾ ਕਿ ਜਿਹੜੀ ਮਾੜੀਆਂ ਬਹਿਬ ਤਾਂ ਹੁੰਦੀਆਂ ਕਰਨੀਆਂ ਜ਼ਰੂਰੀ ਤਾਂ ਬਹਿਬ ਤੈਨੂੰ ਟਾਈਮ ਤਾਂ ਦਿਆ ਕਰ ਫੇਰ ਹੀ ਸਿੱਖਾਂਗੇ ਨਹੀਂ ਤੂੰ ਸਿੱਖ ਰਿਹਾ ਜਾ ਕੇ ਪੈ ਜਾਂਦਾ ਯਾਰ ਹੋਰ ਹੀ ਪੈ ਜਾਂਦਾ ਤਾਂ ਪਹਿਲਾਂ ਵਾਲੀ 'ਚ ਤਾਂ ਤੂੰ ਹੀ ਨਹੀਂ ਪੈਣ ਤੀ ਸੀਟ ਸੀ ਪੈਣ ਵਾਲੀ ਇਹ 'ਚ ਤੂੰ ਪੈਣ ਦੇਗਾ ਮੈਨੂੰ ਓਏ ਮਾੜਾ ਜਿਹਾ ਕੋਈ ਸਰੀਰ ਮੈਂ ਤਰ੍ਹਾਂ ਕੱਢਣਾ ਬਾਟ ਲੰਮੀ ਆ ਮੇਰੀ ਚੱਲ ਕੇ ਫਿਰਨਾ ਮਾਰਖਾ ਕਿਸੇ ਨੂੰ ਫੋਨ ਫੋਨ ਪੁੱਛ ਲੈ ਸਾਰ ਨੀ ਗਰੁੱਪ ਦੇਖ ਲਾ ਨਾ ਯਾਰ ਬੰਦਾ ਇੱਥੇ ਖੜਾ ਹੈ ਲੈ ਤੂੰ ਰਹਿਣ ਦੇ ਗਰੁੱਪ ਦੇਖਾਂ ਗਰੁੱਪ ਦਾ ਦੇਖ ਬਈ ਡੱਬ ਵਾਲੀ ਮਲੋਟ ਰੋਡ ਤੇ ਡੀਟੀਓ ਖੜਾ ਗਾ ਟੈਕਸ ਵਾਲੇ ਵੀ ਖੜੇ ਆ ਡੀਟੀਓ ਆਪ ਵੀ ਖੜਾ ਗਾ ਚਲਾਨ ਕੱਟੀ ਜਾਂਦੇ ਆ ਬਾਅਦ ਦਾ ਵੇਖ ਕੇ ਟੱਪਿਓ ਬਾਈ ਜੀ ਕੈਂਟੀਨਾਂ ਤੋਂ ਲੈ ਕੇ ਮਲੋਟ ਤਾਂ ਡੀਟੀਓ ਖੜਾ ਗਾ ਉਹ ਹਿਸਾਬ ਨਾਲ ਦੇਖ ਕੇ ਜਾਵੜਿਓ ਠੀਕ ਹੈ ਬਾਈ ਕੀ ਹਾਲ ਹੈ ਬਾਈ ਠੀਕ ਹੈ ਬਾਈ ਤੁਸੀਂ ਕਿਵੇਂ ਤੁਹਾਡੀ ਹੈ ਗੱਡੀ ਆਪਣੀ ਹੈ ਗੱਡੀ ਬਾਈ ਵਧੀਆ ਬਾਈ ਵਧੀਆ ਤੂੰ ਸੁਣਾ ਠੀਕ ਹੈ ਬਾਈ ਤੁਹਾਨੂੰ ਤਾਂ 2-3 ਘੰਟੇ ਹੋ ਗਏ ਖੜਿਆ ਨੂੰ ਬਾਈ ਅੱਛਾ ਉਹ ਨਹਾ ਹੀ ਨਹੀਂ ਜਾਂਦਾ ਸੀ ਨਹੀਂ ਯਾਰ ਆਰਟੀਓ ਖੜਾ ਅੱਗੇ ਡੱਬ ਵਾਲੀ ਗੁਰੂ ਨਾਨਕ ਕੰਡੇ ਤੇ ਅੱਛਾ ਆ ਦੇਖ ਆ ਦੇਖ ਮੈਂ ਠੀਕ ਹੈ ਉੱਥੇ ਹੀ ਖੜਾ ਅੱਜ ਅੱਛਾ ਚੌਂਕ ਤੇ ਵੀ ਖੜਾ ਹੈ ਕੰਡੇ ਕੋਲ ਪਹਿਲਾਂ ਗੁਰੂ ਨਾਨਕ ਕੰਡੇ ਤੇ ਖੜਾ ਹੀ ਗੱਡੀ ਹੈ ਟਾ ਡਾਲਾ ਖੁੱਲਿਆ ਗੁਰੂ ਨਾਨਕ ਕੰਡੇ ਤੇ ਆਰਟੀਓ ਖੜਾ ਗੁਰੂ ਨਾਨਕ ਕੰਡੇ ਤੇ ਬਾਈ ਦੀ ਗੱਲ ਹੈ ਕਹਿੰਦਾ ਕਿ ਇਹ ਵੀ ਚੱਕੀ ਫਿਰਦਾ ਨਾ ਕੰਮ ਤੇ ਹੋਰ ਬਾਈ ਕਿਵੇਂ ਚੱਲੀ ਜਾਂਦਾ ਕੰਮ ਕਰ ਬਸ ਠੀਕ ਹੀ ਹੈ ਭਰਾਵਾ ਜੌਨ ਨਹੀਂ ਦਿੰਦਾ ਗਾ ਆਰਟੀਓ ਕੁਛ ਨਾ ਬਾਈ ਇਹ ਤਾਂ ਜਮਾ ਨਾ 27-27 ਹਜ਼ਾਰ ਦੇ ਚਲਾਨ ਕੱਟੀ ਜਾਂਦਾ ਕਿਹੜਾ 27 ਹਜ਼ਾਰ ਆ ਜੀ ਮਾਂਜ ਘੇਟੇ ਸੱਡੇ ਵਾਲੇ ਸੇਠ ਨੂੰ ਬਾਈ ਮੈਂ ਤਾਂ ਬੜਾ ਧੱਕੇ ਚੜਦਾ ਫੁੱਲ ਚੜਿਆ ਹੋਇਆ ਵੱਡੀ ਗੱਡੀ ਸੀ ਆਪਣੇ ਕੋਲੇ ਪਹਿਲਾਂ ਠੀਕ ਹੈ ਬਲੇਡ ਤਾਂ ਇੱਕ ਦਿਨ ਫਿਰ ਉਹਨੇ ਵਿਕ ਗਈ ਉਹਦੇ ਕੋਲੇ ਛੋਟੀ ਗੱਡੀ ਆ ਗਈ ਛੋਟੀ ਹੈ ਹਾਂ ਸੇਠ ਵੀ ਆਪਣੇ ਇੱਕ ਹਾਂ ਨਹੀਂ ਛੋਟ ਸੇਠ ਹੀ ਆ ਨਾ ਮੈਂ ਸੇਠ ਕਹਿਣਾ ਬਾਈ ਨੂੰ ਹੀ ਪਤਾ ਲੱਗ ਜਾਂਦਾ ਮਤਲਬ ਅੱਜ ਕੱਲ ਕਿੱਥੇ ਆ ਡਰਾਈਵਰ ਆਪਣੇ ਲੱਗੇ ਕੋਲ ਕੱਢਣਾ ਆਹ ਮੂੰਹ ਦੇਖ ਕੇ ਦੇਖਣ ਸਤਾਲ ਦੱਸੋ ਕਿ ਤੇ ਤੁਸੀਂ ਫਿਰ ਕਦੋਂ ਜਾਵੋਗੇ ਬਾਈ ਤਾਂ ਵੀ 2-3 ਘੰਟੇ ਹੋ ਗਏ ਖੜਿਆ ਨੂੰ ਯਾਰ ਜਾਣਾ ਕਦੋਂ ਨਿਕਲੋ ਕਦੋਂ ਦੇਖਦੇ ਆ ਡੀਕਦੇ ਆ ਉਹਨੂੰ ਜੇ ਜਾਂਦਾ ਤਾਂ ਫੇਰ ਹੀ ਤੁਰਾਂਗੇ ਡੀਕਦੇ ਹੋ ਅਸੀਂ ਤਾਂ ਫਿਰ ਮੇਰੀ ਸੁਣਸ ਤਾਂ ਭਰਾਵਾ ਮਾਲ ਲਾਉਣਾ ਟਿਕਾਣੇ ਤੇ ਉਧਰੋਂ ਗਾਲਾਂ ਮਿਲਦੀਆਂ ਹੁਣ ਜੇ ਜਾਣੇ ਆ ਤਾਂ ਗਾਲਾਂ ਉਹ ਤੁਸੀਂ ਚਲਾਨ ਕਟਾਓਗੇ ਤੇ ਜੇ ਗਾਂ ਲੇਟ ਪਹੁੰਚ ਤੁਸੀਂ ਪਹੁੰਚੇ ਨਹੀਂ ਹੁਣ ਕਰਕੇ ਕੀ ਇਹ ਤਾਂ ਹੈ ਜਾਣਾ ਤਾਂ ਬਹੁਤ ਮਜਬੂਰੀ ਆ ਯਾਰ ਕੋਈ ਨਹੀਂ ਚੱਲ ਫਿਰ ਅਸੀਂ ਤਾਂ ਸੋਨੇ ਆ ਭਰਾਵਾ ਹਾਂ ਸਾਡੇ ਤੋਂ ਹਾਲੀ ਨਹੀਂ ਹੋਈ ਗੱਲ ਤਾਂ ਪੱਕੀ ਮੈਂ ਕਿੱਧਰ ਮੈਂ ਪਹਿਣ ਦੇ ਘੰਟਾ ਮੈਨੂੰ ਤੇ ਤੂੰ ਵੀ ਦੀਕ ਤੂੰ ਜੇ ਗੇੜਾ ਊੜਾ ਮਾਰਨਾ ਮਾਰੀ ਚੱਲੀ ਜਿਹੜੀ ਵੱਡੀ ਗੱਡੀ ਸੀ ਉਹ ਵੱਡੀਆਂ ਰੋਡਾਂ ਉੱਤੋਂ ਦੀ ਲੰਘਦੀ ਸੀ ਛੋਟੀ ਆ ਪਿੰਡ ਦੀ ਕਿਸੇ ਗੱਡੀ ਦੀ ਪਤਾ ਸਾਰਾ ਹੀ ਜਾਣਦਾ ਮਾਂਜ ਨਾ ਦੇ ਤੂੰ ਮੈਂ ਕਿਹਾ ਤੂੰ ਦੇਂਦਾ ਤਾ ਯਾ ਤੂੰ ਆ ਪਹੁੰਚਣਾ ਵੀ ਹੈ ਆਹੀ ਤਾਂ ਤੈਨੂੰ ਚੀਜ਼ਾਂ ਸਿਖਾਉਣੀਆਂ ਤੈਨੂੰ ਫਾਇਦਾ ਕੀ ਹੋਇਆ ਵੱਡੇ ਵੱਡੇ ਮਤਲਬ ਜਿਹੜੇ ਪੂਰੇ ਸੀਨੀਅਰ ਬੰਦੇ ਦਾ ਜਿਹੜਾ ਡਿਲੀਵਰ ਮੈਂ ਨਾ ਪੂਰਾ ਚੋਟੀ ਦਾ ਨਾਂ ਪਹਿਲਾਂ ਮੈਨੂੰ ਪ੍ਰਧਾਨ ਬਣਾਉਂਦੇ ਸੀ ਯੂਨੀਅਨ ਦਾ ਨਹੀਂ ਇਹ ਤਾਂ ਰੱਖ ਲੈ ਕੋਲੇ ਕੰਮ ਦੀ ਗੱਲ ਤਾਂ ਦੱਸ ਮੈਂ ਬਣਿਆ ਨਹੀਂ ਯਾਰ ਮੈਂ ਕਹਿੰਦਾ ਲੋਟ ਨਹੀਂ ਆਉਂਦਾ ਨਹੀਂ ਮੈਨੂੰ ਪਤਾ ਉਹਨਾਂ ਨੂੰ ਮੈਨੂੰ ਪਤਾ ਲੱਗ ਗਿਆ
ਲੈਂਦਾ ਸੀ ਮੈਂ ਕਿਹਾ ਚਲੋ ਸਾਰੇ ਫਿਰ ਤੈਨੂੰ ਪਤਾ ਯਾਰ ਮੋਹ ਪ੍ਰੇਮ ਹੈ ਮੇਰੇ ਮਗਰ ਮੇਰੀ ਇਸ ਚੀਜ਼ ਕੋਈ ਸਹਿਮਤੀ ਨੀ ਮੇਰੇ ਬਿਆਨ ਲੈ ਲਾ ਹੁਣੇ ਤੈਨੂੰ ਪਤਾ ਲੱਗੂ ਮੇਰੇ ਮਗਰ ਪਤੰਦਰਾ ਬਹੁਤ ਬੰਦੇ ਆ ਮੈਂ ਹੁਣ ਜਾਗਦਾ ਨੀ ਤੇਰੇ ਮਗਰ ਕਿਵੇਂ ਮਗਰ ਜਿਹਨੇ ਦੇਣੇ ਦੂਣੇ ਉਹ ਫਿਰਦੇ ਆ ਕੇ ਕੌਣ ਹੈ ਹਾਂ ਹੈ ਕਿੰਨਾ ਹੋਇਆ ਟਾਈਮ ਦਾ ਮੈਂ ਤੈਨੂੰ ਕਿੰਨਾ ਹੋਇਆ ਤਿੰਨ ਵੱਜ ਕੇ 53 ਮਿੰਟ ਹੋਇਆ 12:59 ਤੇ ਉੱਠ ਸਕਦਾ ਉੱਠ ਨਹੀਂ ਮਤਲਬ ਚਾਹ ਮੰਗ ਸਕਦਾ ਉਹਨਾਂ ਚਿਰ ਆਪਾਂ ਲੰਮਾ ਰੂਟ ਥੋੜਾ ਜਿਹਾ ਪੁੱਤ ਮੇਰੇ ਐ ਨੀ ਮੈਂ ਠੀਕ ਹੈ ਸਰ ਤੈਨੂੰ ਐਵੇਂ ਪਰੌਠਾ ਖਵਾਊਂਗਾ ਯਾਰ ਨਹੀਂ ਨਹੀਂ ਪਰੌਠੇ ਕੋਲ ਪਰੌਠਾ ਮੈਂ ਤੈਨੂੰ ਖਵਾਊਂਗਾ ਗੰਢੇ ਦਾ ਨਹੀਂ 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 ਨਾਨਕਿਆਂ ਵੀ ਦੀ ਮਾਮੇ ਤੋਂ ਚਾਹ ਮੰਗਾਲਾ ਲੈ ਤੇਰੇ ਅੱਖੀ ਨੀ ਲੱਗਦਾ ਮੈਂ ਤਾਂ ਲੈ ਚੱਲ ਛਾਉਣਾ ਮੈਂ ਕੁੱਟੂ ਤੈਨੂੰ ਮੈਂ ਬਲਾਵੇ ਕੱਢੂਆ ਤੇਰੇ ਮੈਂ ਚੰਗਾ ਓਏ ਨਾ ਸਾਉਣਾ